क्या बात है जियो, खुद हम सफर कर लिया। क्या बात, और मोहब्बत की हुंदी चले जीनू जी हुंदी। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਮਿਊਜ਼ਿਕ ਦਾ ਕਿੰਨਾ ਵੱਡਾ ਫੈਨ ਹੈ, ਅਤੇ ਤੁਸੀਂ ਜਿਹੜੀ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਵੀ ਮਿਊਜ਼ਿਕ ਦੇ ਬਹੁਤ ਵੱਡੇ ਫੈਨ ਹੋ, ਖਾਸ ਕਰਕੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ। ਉਹਨਾਂ ਨੂੰ ਕੌਣ ਨਹੀਂ ਸੁਣਦਾ, ਉਹਨਾਂ ਨੂੰ ਕਿਹੜਾ ਸਿੰਗਰ ਹੈ ਜਿਹੜਾ ਨਹੀਂ ਸੁਣਦਾ, ਕੌਣ ਉਹਨਾਂ ਦੇ ਗਾਣੇ ਰੀਕ੍ਰੀਏਟ ਨਹੀਂ ਕਰਦਾ, ਰੀਮਿਕਸ ਨਹੀਂ ਕਰਦਾ, ਕਵਰ ਸੌਂਗਸ ਕੌਣ ਨਹੀਂ ਬਣਾਉਂਦਾ, ਸਾਰੇ ਬਣਾਉਂਦੇ ਆ। ਪਰ ਅੱਜ ਇੱਕ ਵੀਡੀਓ ਦੇਖਾਂਗੇ, ਸਾਡੇ ਇੱਧਰ ਦੇ ਤਿੰਨ ਮੁੰਡੇ ਆ ਅਲੀ ਬ੍ਰਦਰਸ। ਵੀਡੀਓ ਇੱਥੇ ਸਕਿੱਪ ਨਾ ਕਰਿਓ, ਪਹਿਲੇ ਮੈਂ ਕਹਿ ਤਾ, ਕਿਉਂਕਿ ਮੈਂ ਕਿਹਾ ਕਿ ਵੀਡੀਓ ਇੱਧਰ ਦੀ ਹੈ ਤਾਂ ਲੋਕ ਦੇਖਦੇ ਨੇ। ਇਹ ਮੇਰੀ ਇੱਕ ਬਹੁਤ ਮੇਰਾ ਬਹੁਤ ਵੱਡਾ ਕਹਿ ਲਓ ਕਿ ਖਫਾ ਹੈ ਤੁਹਾਡੇ ਨਾਲ ਮੈਂ ਇਸ ਗੱਲ ਤੋਂ ਕਿ ਜਦੋਂ ਤਾਂ ਪਾਕਿਸਤਾਨ ਦੀ ਵੀਡੀਓ ਦੇਖਦੇ ਹਾਂ ਤੁਸੀਂ ਬਹੁਤ ਵਧੀਆ ਦੇਖਦੇ ਹੋ, ਇੰਜੋਏ ਕਰਦੇ ਹੋ, ਪਿਆਰ ਦਿੰਦੇ ਹੋ, ਕਮੈਂਟ ਲਾਈਕ ਸਬਸਕ੍ਰਾਈਬ ਸਭ ਕੁਛ ਕਰਦੇ ਹੋ, ਪਰ ਜਦੋਂ ਕੋਈ ਇੱਧਰ ਦੀ ਵੀਡੀਓ ਹੁੰਦੀ ਹੈ ਯਾਰ ਤੁਸੀਂ ਸਪੋਰਟ ਹੀ ਨਹੀਂ ਕਰਦੇ, ਤੁਸੀਂ ਵੇਖਦੇ ਨਹੀਂ। ਸੋ ਇੱਧਰ ਵਾਲੀਆਂ ਵੀਡੀਓਜ਼ ਨੂੰ ਵੀ ਓਨਾ ਹੀ ਪਿਆਰ ਦਿਆ ਕਰੋ ਯਾਰ, ਪਲੀਜ਼, ਠੀਕ ਹੈ। ਇਹ ਰਿਕੁਐਸਟ ਹੈ ਕਿ ਤੁਹਾਡੇ ਛੋਟੇ ਭਰਾ ਦੀ, ਵੱਡੇ ਭਰਾ ਦੀ, ਤੁਹਾਡੇ ਪੁੱਤ ਦੀ, ਜਾਂ ਜੋ ਵੀ ਤੁਸੀਂ ਕਹਿ ਸਕਦੇ ਹੋ, ਠੀਕ ਹੈ। ਮਤਲਬ ਵੀਡੀਓ ਦੇਖਦੇ ਹਾਂ ਜੀ, ਬਹੁਤ ਇੰਟਰਸਟਿੰਗ ਹੋਏਗੀ, ਬਹੁਤ ਘੈਂਟ ਹੋਏਗੀ, ਐਂਡ ਇਹੋ ਜਿਹੀ ਸਿੰਗਿੰਗ ਤੁਸੀਂ ਬਹੁਤ ਘੱਟ ਸੁਣੀ ਹੋਏਗੀ। ਸੋ ਦੇਖਦੇ ਹਾਂ ਬਿਨਾਂ ਕਿਸੇ ਤੋਂ, ਆ ਜਾਓ ਸਾਦਗੀ ਕਵਰ ਸੌਂਗ। ਸਾਦਗੀ ਤੋ ਹਮਾਰੀ ਜ਼ਰਾ ਦੇਖੀਏ, ਐਤਬਾਰ ਆਪਕੇ ਬਾਦ ਪਰ ਕਰ ਲਿਆ। ਸਾਦਗੀ ਤੋ ਹਮਾਰੀ ਜ਼ਰਾ ਦੇਖੀਏ, ਐਤਬਾਰ ਆਪਕੇ ਬਾਦ ਪਰ ਕਰ ਲਿਆ। ਸਾਦਗੀ ਤੋ ਹਮਾਰੀ ਜ਼ਰਾ ਦੇਖੀਏ, ਸਾਦਗੀ ਤੋ ਹਮਾਰੀ ਜ਼ਰਾ ਕਰ ਲਿਆ। ਬਾਤ ਤੋ ਸਿਰਫ ਇੱਕ ਰਾਤ ਕੀ ਥੀ ਮਗਰ, ਬਾਤ ਤੋ ਸਿਰਫ ਇੱਕ ਰਾਤ ਕੀ ਥੀ ਮਗਰ, ਇੰਤਜ਼ਾਰ ਆਪਕਾ ਉਮਰ ਭਰ ਕਰ ਲਿਆ। ਓ ਸਾਦਗੀ ਤੋ ਹਮਾਰੀ ਜ਼ਰਾ ਦੇਖੀ, ਐਤਬਾਰ ਆਪਕੇ ਬਾਦ ਪਰ ਕਰ ਲਿਆ। ਯਾਰ ਕਿੰਨੇ ਸੁਰੀਲੇ ਆ ਯਾਰ ਇਹ ਤਿੰਨੇ ਜਣੇ ਹੈ, ਇਹਨਾਂ ਦੀ ਆਵਾਜ਼ ਕਿੰਨੀ ਸੋਹਣੀ ਹੈ। ਜਿਹੜਾ ਸਭ ਤੋਂ ਛੋਟਾ ਮੁੰਡਾ ਹੈ ਉਹਦੀ ਆਵਾਜ਼ ਮੈਨੂੰ ਲੱਗਿਆ ਸੀ ਥੋੜ੍ਹੀ ਪਤਲੀ ਹੋਏਗੀ, ਪਰ ਉਹਦੀ ਆਵਾਜ਼ ਬੇਸ ਵਾਲੀ ਹੈ ਥੋੜ੍ਹੀ। ਕਿਆ ਬਾਤ ਹੈ ਯਾਰ, ਕਿੰਨੇ ਸੁਰੀਲੇ ਆ ਯਾਰ, ਸਭ ਤੋਂ ਮੇਨ ਗੱਲ ਸੁਰ ਦੇਖੋ ਕਿੰਨੇ ਸੋਹਣੇ ਆ। ਇਸ਼ਕ ਮੇ ਉਲਝਨੇ ਪਹਿਲੇ ਹੀ ਕਮ ਨਾ ਥੀ, ਇਸ਼ਕ ਮੇ ਉਲਝਨੇ ਪਹਿਲੇ ਹੀ ਕਮ ਨਾ ਥੀ, ਔਰ ਪੈਦਾ ਨਯਾ ਦਰਦ ਸਰ ਕਰ ਲਿਆ, ਔਰ ਪੈਦਾ ਨਯਾ ਦਰਦ ਸਰ ਕਰ ਲਿਆ। ਲੋਕ ਡਰਤੇ ਹੈ ਕਾਤਿਲ ਕੀ ਪਰਛਾਈ ਸੇ, ਲੋਕ ਡਰਤੇ ਹਮਨੇ ਕਾਤਿਲ ਕੇ ਦਿਲ ਮੇ ਭੀ ਘਰ ਕਰ ਲਿਆ। ਓ ਸਾਦਗੀ ਤੋ ਹਮਾਰੀ ਜ਼ਰਾ ਦੇਖੀ, ਐਤਬਾਰ ਆਪਕੇ ਬਾਦ ਪਰ ਕਰ ਲਿਆ।
ਸਿਤਮਗੜ ਕਾ ਥਾ ਆਪਕਾ ਐਸੀ ਬਾਤੋਂ ਸੇ ਕਿਆ ਵਾਸਤਾ ਆਪਕਾ ਐਸੀ ਬਾਤੋਂ ਸੇ ਕਿਆ ਵਾਸਤਾ ਆਪ ਤੋ ਬੇਵਫਾ ਔਰ ਸਿਤਮਗੜ ਨਹੀਂ ਆਪ ਤੋ ਬੇਵਫਾ ਔਰ ਸਿਤਮਗੜ ਨਹੀਂ ਆਪਨੇ ਕਿਸ ਲਈ ਮੂਦਰ ਕਰ ਲਿਆ ਓ ਸਾਦਗੀ ਤੋ ਹਮਾਰੀ ਜ਼ਰਾ ਦੇ ਲਿਰਿਕਸ ਲਿਰਿਕਸ ਉਸਤਾਦ ਸਾਹਿਬ ਜ਼ਿੰਦਗੀ ਕੇ ਸਫਰ ਮੇ ਬਹੁਤ ਦੂਰ ਤੱਕ ਜ਼ਿੰਦਗੀ ਕੇ ਸਫਰ ਮੇ ਬਹੁਤ ਦੂਰ ਤੱਕ ਜਬ ਕੋਈ ਦੋਸਤ ਆਇਆ ਨਾ ਹਮਕੋ ਨਜ਼ਰ ਜਬ ਕੋਈ ਦੋਸਤ ਆਇਆ ਨਾ ਹਮਕੋ ਨਜ਼ਰ ਹਮਨੇ ਘਬਰਾ ਕੇ ਤਨਹਾਈਓ ਸੇ ਸਭਾ ਹਮਨੇ ਘਬਰਾ ਕੇ ਤਨਹਾਈਓ ਸੇ ਸਭਾ ਏਕ ਦੁਸ਼ਮਨ ਕੋ ਖੁਦ ਹਮ ਸਫਰ ਕਰ ਲਿਆ ਕਿਆ ਬਾਤ ਛੋਟੀ ਸੀ ਕੋਸ਼ਿਸ਼ ਕਰਕੇ ਹਮਨੇ ਆਪ ਸਭੀ ਕੋ ਐਂਟਰਟੇਨ ਕਰਨੇ ਕੀ ਕੋਸ਼ਿਸ਼ ਕੀ ਹੈ ਸੋ ਆਪ ਹਮੇ ਸੁਜੈਸਟ ਵੀ ਕਰ ਸਕਤੇ ਹੈ ਹਮੇ ਗਾਈਡ ਵੀ ਕਰ ਸਕਤੇ ਹੈ ਆਪਕਾ ਕਭੀ ਵੀ ਕੁਛ ਵੀ ਨਯਾ ਸੁਣਨੇ ਕੇ ਲਿਏ ਮਨ ਕਰੇ ਤੋ ਹਮੇ ਮੈਸੇਜ ਕੀਜੀਏ ਕਿਆ ਬਤ ਜਾਓ ਵੀ ਮੈਂ ਤਾਂ ਕਹਿੰਦਾ ਹੁਣੇ ਜਾ ਕੇ ਦੱਸ ਦੋ ਇਹਨਾਂ ਨੂੰ ਕਿ ਵੀ ਸੁਣਦਾ ਆਹ ਗਾਣਾ ਚਾਹੀਦਾ ਹੁਣ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਤੇ ਤੁਹਾਡੀ ਆਵਾਜ਼ ਦੇ ਵਿੱਚ ਦੇਖੋ ਮੁੰਡਿਆਂ ਦੇ ਵਿੱਚ ਟੈਲੈਂਟ ਬਹੁਤ ਹੈ ਇਹ ਨਾ ਜਿਵੇਂ ਹੁੰਦੇ ਨਾ ਘਰਾਣੇ ਹੁੰਦੇ ਆ ਤਾਂ ਉਹਨਾਂ ਘਰਾਣਿਆਂ ਦੇ ਵਿੱਚ ਯਾਰ ਇਹ ਗੋਡ ਗਿਫਟਡ ਟੈਲੈਂਟ ਹੀ ਹੁੰਦਾ ਜਿਹੜੇ ਘਰਾਣਿਆਂ ਤੋਂ ਇਹ ਹੈ ਤੇ ਦੇਖੋ ਆਵਾਜ਼ ਕਿੰਨੀ ਸੋਹਣੀ ਹੈ ਯਾਰ ਕਿੰਨੀ ਸੌਫਟ ਹੈ ਕਿੰਨੇ ਸੁਰੀਲੇ ਹੈ ਕਿਤੇ ਵੀ ਦੇਖੋ ਕਿਤੇ ਵੀ ਸੁਰ ਉਰਾਂ ਵਰਾਂ ਨਹੀਂ ਹੋਇਆ ਤੇ ਤਿੰਨਾਂ ਦੀ ਇੱਕ ਬੌਂਡਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਤਿੰਨ ਜਣਿਆਂ ਨੇ ਇੱਕ ਗਾਣਾ ਗਾਇਆ ਐਂਡ ਸਭ ਤੋਂ ਜ਼ਿਆਦਾ ਤਾਂ ਮੇਰੇ ਖਿਆਲ ਯਾਰ ਲਿਰਿਕਸ ਜਦੋਂ ਆਪਾਂ ਸੁਣੇ ਆ ਨਾ ਇਹਨਾਂ ਤੋਂ ਇਹਨਾਂ ਨੇ ਇੰਨੇ ਫੀਲ ਕਰਕੇ ਉਹਨਾਂ ਲਿਰਿਕਸ ਨੂੰ ਆਪਦੇ ਮੁੱਖ ਤੋਂ ਉਚਾਰਿਆ ਇੰਨਾ ਸੋਹਣਾ ਲੱਗਿਆ ਉਹ ਲਿਰਿਕਸ ਦੇ ਜਿਹੜੇ ਮਤਲਬ ਸੀਗੇ ਉਹ ਤੁਹਾਨੂੰ ਈਜ਼ੀਲੀ ਸਮਝ ਆ ਰਹੇ ਹੈ ਇੰਨੇ ਕਲੀਅਰ ਇਹਨਾਂ ਨੇ ਮਤਲਬ ਜਿਹੜੇ ਸਾਰੇ ਵਰਡ ਸੀਗੇ ਉਹਨਾਂ ਨੂੰ ਪ੍ਰੋਨਾਊਂਸ ਕੀਤਾ ਅਤੇ ਬਾਕੀ ਉਸਤਾਦ ਸਾਹਿਬ ਤਾਂ ਵੀ ਜਿਨ੍ਹਾਂ ਨੇ ਲਿਖਿਆ ਇਹ ਦੇਖੋ ਕਿਆ ਬਾ ਕਮਾਲ ਸੋਚ ਆ ਉਹਨਾਂ ਦੀ ਹੈ ਨਾ ਮਤਲਬ ਗਾਣਿਆਂ ਦੇ ਵਿੱਚ ਹੀ ਸ਼ੇਰੋ ਸ਼ਾਇਰੀ ਅਤੇ ਪਤਾ ਨਹੀਂ ਕੀ ਕੁਛ ਕਿੰਨੀ ਡੂੰਘਾਈ ਦੀਆਂ ਗੱਲਾਂ ਕੀ ਕੁਛ ਨਹੀਂ ਚੱਲਦਾ ਯਾਰ ਮਤਲਬ ਦੇਖੋ ਤੁਸੀਂ ਰਹਿੰਦੀ ਸਦੀ ਤੱਕ ਯਾਰ ਨਾਮ ਰਹੂਗਾ ਰਹਿੰਦੀ ਸਦੀ ਕਿਉਂ ਯਾਰ ਅਗਲੀਆਂ ਜਿੰਨੀਆਂ ਵੀ ਆਉਣ ਵਾਲੀਆਂ ਸਦੀਆਂ ਸਾਰੇ ਜਿਹੜੇ ਸਿੰਗਰ ਹੋਣਗੇ ਉਹਨਾਂ ਨੂੰ ਡੈਡੀਕੇਟ ਕਰਨਗੇ ਹਮੇਸ਼ਾ ਆਪਣੇ ਗਾਣੇ ਉਹਨਾਂ ਤੋਂ ਸਿੱਖਣਗੇ ਉਹਨਾਂ ਦੇ ਕਵਰ ਸੌਂਗ ਬਣਾਉਣਗੇ ਹੁਣ ਦੇਖੋ ਹੁਣ ਰੀਮਿਕਸ ਦਾ ਜ਼ਮਾਨਾ ਹੈ ਕੰਪਿਊਟਰ ਜਨਰੇਟਡ ਜੋ ਇੰਸਟਰੂਮੈਂਟਸ ਹੈ ਉਹਨਾਂ ਦਾ ਜ਼ਮਾਨਾ ਹੈ ਉਹਦੇ ਚੱਲਦੇ ਹੋਏ ਰੀਮਿਕਸ ਬਣਦੇ ਆ ਕਵਰ ਸੌਂਗਸ ਬਣਦੇ ਆ ਬਹੁਤ ਅੱਛਾ ਲੱਗਦਾ ਹਜੇ ਆਉਣ ਵਾਲੇ ਜ਼ਮਾਨੇ ਦੇ ਵਿੱਚ ਪਤਾ ਨਹੀਂ ਕਿਹੜੀ ਇਹੋ ਜਿਹੀ ਟੈਕਨੋਲੋਜੀ ਆ ਜਾਣੀ ਹੈ ਸ਼ਾਇਦ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਜ਼ਬਰਦਸਤ ਹੋਏਗੀ ਅਤੇ ਉਦੋਂ ਵੀ ਲੋਕ ਇਹਨਾਂ ਦੇ ਗਾਣਿਆਂ ਨੂੰ ਯੂਜ਼ ਕਰਕੇ ਇੱਕ ਆਪਣੇ ਕਵਰ ਸੌਂਗ ਬਣਾਉਣਗੇ ਠੀਕ ਹੈ ਪਰ ਜਦੋਂ ਉਦੋਂ ਵੀ ਆਪਾਂ ਓਰੀਜਨਲ ਸੁਣਾਂਗੇ ਨਾ ਫਿਰ ਆਪਾਂ ਕਹਾਂਗੇ ਕਿ ਓਲਡ ਇਜ਼ ਗੋਲਡ ਮੰਨਦੇ ਹੋ ਇਸ ਗੱਲ ਨੂੰ ਸਹਿਮਤ ਹੋ ਤਾਂ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਮੈਨੂੰ ਤਾਂ ਮਜ਼ਾ ਆ ਗਿਆ ਯਾਰ ਮਤਲਬ ਇਹਨਾਂ ਦੀ ਆਵਾਜ਼ ਦਾ ਜਿਹੜਾ ਜਾਦੂ ਸੀ ਨਾ
ਉਹ ਛਾ ਗਿਆ ਪੂਰਾ। ਤੁਹਾਨੂੰ ਕਿਵੇਂ ਲੱਗਿਆ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਹੋਰ ਗਾਣੇ ਦੇਖਣ ਦੇ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ। ਸਭ ਤਰ੍ਹਾਂ ਦੀ ਵੀਡੀਓ ਅਪਲੋਡ ਹੁੰਦੀ ਹੈ ਇੱਥੇ, ਸਭ ਤਰ੍ਹਾਂ ਦੇ ਰਿਐਕਸ਼ਨ, ਜੋ ਜੋ ਤੁਸੀਂ ਰਿਕਮੈਂਡ ਕਰੋਗੇ ਉਹਨਾਂ 'ਤੇ ਵੀਡੀਓਜ਼ ਆਉਣਗੀਆਂ, ਆਉਂਦੀਆਂ ਰਹਿਣਗੀਆਂ। ਜਦੋਂ ਕੋਈ ਇੱਧਰਲੀ ਵੀਡੀਓ ਬਣਾਉਣੀ ਆ ਤਾਂ ਯਾਰ ਉਹ ਵੀ ਲਾਈਕ ਜ਼ਰੂਰ ਕਰਿਆ ਕਰੋ, ਦੇਖਿਆ ਜ਼ਰੂਰ ਕਰਿਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ। ਮੈਂ ਚੈਨਲ ਕੋ ਸਬਸਕ੍ਰਾਈਬ ਕਰ ਜ਼ਰੂਰ ਕਰ ਨਾ ਬੋਲ।